आवाज नहीं आ रही, आवाज नहीं आ रही। हरबंद आवाज आ रही है तुहानू? हाँ जी, हाँ जी सर। सत श्री अकाल सर। सत श्री अकाल तुहानू सारे नु, सत श्री अकाल। हाँ जी, हाँ जी, सत श्री अकाल। मार्च 27 तारीख है मार्च दी, ते मैं इंडिया इस वक्त आया हुआ है। तुहानू पता है, नजर आ रहा है शायद मेरा कमरा। हाँ जी, हाँ जी। ਤੁਹਾਨੂੰ ਦੋਨਾਂ ਨੂੰ ਮੈਂ ਖਬਰ ਦੇਣੀ ਸੀ ਕਿ ਤੁਹਾਡਾ ਵੀਜ਼ਾ ਆ ਗਿਆ। ਥੈਂਕ ਯੂ ਸਰ, ਥੈਂਕ ਯੂ। ਥੈਂਕ ਯੂ ਜੀ, ਜੀ ਜੀ, ਥੈਂਕ ਯੂ ਵੈਰੀ ਮੱਚ। ਤੁਸੀਂ ਮਿਹਨਤ ਕੀਤੀ ਹੈ, ਤੁਸੀਂ ਕਾਫੀ, ਮੈਨੂੰ ਪਤਾ ਹੈ ਕਿ ਹਰਸ਼ਪਿੰਦਰ ਕਾਫੀ ਸਵਾਲ ਪੁੱਛਦੀ ਸੀ ਕਿ ਮੇਰਾ ਆਹ ਕੀ ਹੋਏਗਾ, ਆਹ ਕੀ ਹੋਏਗਾ, ਇਸ ਤਰ੍ਹਾਂ ਕੀ ਹੈ, ਡਾਕੂਮੈਂਟ ਵਿੱਚ ਕੀ ਹੋਣਾ। याद करो कि शायद 6 महीने हो गए, जुलाई, पिछले जुलाई च पाई सी ना शायद। ਲਿਖਿਆ ਹੋਇਆ ਸੀ ਕਿ ਵੀ ਤੁਹਾਡੇ ਜਿਹੜੇ ਸੈਲਰੀ ਨੌਕਰੀ ਦੇ ਬਾਰੇ ਲਿਖਿਆ ਸੀ ਕਿ ਵੀ ਉਹਨਾਂ ਦੀ ਜਿਹੜੇ ਸੈਲਰੀ ਸਲਿਪਸ ਵਗੈਰਾ ਲਾਈ ਹੈ, ਜੋਬ ਲੈਟਰ ਅਤੇ ਸੈਲਰੀ ਸਲਿਪਸ ਵਗੈਰਾ ਲਾਈ ਹੈ, ਅਤੇ ਫਿਰ ਤੁਹਾਡੇ ਜਿਹੜੇ ਪੰਜਾਬ ਸਿੰਧ ਬੈਂਕ ਦੀ ਸਟੇਟਮੈਂਟ ਹੈ, ਕਿੰਨੇ ਪੈਸੇ ਆਏ, ਕਿਸ ਤਰ੍ਹਾਂ ਆਏ, ਸੈਲਰੀ ਡਿਪੋਜ਼ਿਟ ਹੋਈ, ਉਹਦਾ ਵੇਰਵਾ ਦਿੱਤਾ ਹੈ। ਅਤੇ ਤੀਸਰੀ ਚੀਜ਼ ਹੈ ਕਿ ਵੀ ਫੰਡਸ ਤੁਹਾਡੇ ਕਿੰਨੇ ਟੋਟਲ ਫੰਡਸ ਸ਼ੋਅ ਕੀਤੇ ਆਪਣੇ ਹਰਸ਼ਪਿੰਦਰ ਤੁਹਾਡੇ ਬੈਂਕ ਅਕਾਊਂਟ ਵਿੱਚ ਉਸ ਵਕਤ? ਸਰ 7 ਤੋਂ ਉੱਪਰ ਸੀਗੇ। 7 ਲੱਖ ਅਨਵਾਬ ਗਿਆ, 7 ਲੱਖ। ਉਸ ਤੋਂ ਬਾਅਦ ਕੁਝ ਕਢਵਾ ਕੇ ਮਤਲਬ ਇਹਨਾਂ ਨੂੰ ਟ੍ਰਾਂਸਫਰ ਕੀਤੇ ਸੀਗੇ ਫੀ ਲਈ। ਜੀ ਜੀ, ਹਾਂਜੀ, ਠੀਕ, ਹਾਂਜੀ ਹਾਂਜੀ। ਚਲੋ ਬਹੁਤ ਵਧੀਆ ਹੋ ਗਿਆ, ਸਭ ਕੁਝ ਹੋ ਗਿਆ। ਤੁਸੀਂ ਵੀ ਮੇਰੇ ਕੋਲ ਬਾਰ-ਬਾਰ ਸ਼ਾਇਦ ਸੁਖਮਨ ਨੂੰ ਪੁੱਛ ਰਹੇ ਸੀ ਕਿ ਵੀ ਆਹ ਕੀ ਕਰਨਾ ਜੀ, ਕਿੱਦਾਂ ਹੋਏਗਾ, ਕੀ ਹੋਗਾ ਤੁਹਾਡੇ। ਤੁਸੀਂ ਕੋਈ ਗਰੁੱਪ ਨਾਲ ਜੁੜੇ ਹੋ ਸ਼ਾਇਦ ਮੇਰੇ ਖਿਆਲ ਕੋਈ ਹੈ ਸਰ? ਬਾਲੇ ਗਰੁੱਪ ਨਾਲ ਜੁੜੇ ਹੋਏ, ਗਰੁੱਪ ਬਣੇ ਹੋਏ ਜਿਹੜੇ, ਉਹ ਫੇਸਬੁੱਕ ਦੇ ਗਰੁੱਪ ਸੀਗੇ, ਬਾਕੀ ਇਹਨਾਂ ਦੇ ਫਰੈਂਡ ਸੀਗੇ ਕਿ ਉਹਨਾਂ ਨੇ ਅਪਲਾਈ ਕੀਤਾ ਸੀਗਾ, ਉਹਨਾਂ ਦਾ ਕੋਈ ਗਰੁੱਪ ਬਣਿਆ ਹੋਇਆ ਸੀਗਾ, ਉਹ ਦੱਸਦੇ ਰਹਿੰਦੇ ਸੀ ਮਤਲਬ ਐਂ ਕਰਕੇ ਉਹਦਾ ਵੀਜ਼ਾ ਆ ਗਿਆ, ਉਹਦਾ ਕਈਆਂ ਦਾ 2-2 ਮਹੀਨੇ ਬਾਅਦ ਹੀ ਆਈ ਜਾਂਦਾ ਸੀ। ਮੈਨੂੰ ਬੜੀ ਟੈਨਸ਼ਨ ਹੋਈ ਜਾਂਦੀ ਸੀ, ਇੰਨਾ ਟਾਈਮ ਹੋ ਗਿਆ, ਮੈਨੂੰ ਤਾਂ ਮੈਂ ਤਾਂ ਮਤਲਬ ਰੋਜ਼ ਦਿਨ ਦੇ ਵਿੱਚ ਇੰਨੇ ਵਾਰੀ ਰੋਂਦੀ, ਜਦੋਂ ਕਿਸੇ ਦਾ ਆ ਜਾਂਦਾ ਸੁਖਮਨ ਸਰ ਫੇਰ ਕਹਿ ਦਿੰਦੇ ਵੇਟ ਕਰੋ ਵੇਟ ਕਰੋ। ਨਹੀਂ ਨਹੀਂ, ਉਹ ਤੇ ਮਾਸਟਰ ਹੈ। ਦੂਸਰੀ ਗੱਲ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਬਈ ਨਾ ਕੇਵਲ ਤੁਹਾਡਾ ਵੀਜ਼ਾ ਤਿਆਰ ਹੈ, ਪਰ ਤੁਹਾਨੂੰ ਜਿਹੜੀ ਟ੍ਰੈਵਲ ਰੈਸਟ੍ਰਿਕਸ਼ਨ ਦੀ ਜਿਹੜੀ ਆਥੋਰਾਈਜ਼ੇਸ਼ਨ ਹੈ, ਉਹ ਵੀ ਤੁਹਾਨੂੰ ਮਿਲ ਚੁੱਕੀ ਹੈ। ਥੈਂਕ ਯੂ ਸਰ। ਠੀਕ ਹੈ, ਥੈਂਕ ਯੂ ਸਰ। ਕਿਉਂਕਿ ਵੀਜ਼ਾ ਮਗਰੋਂ ਉਹ ਲੈਣਾ ਹੁੰਦਾ ਨਾ ਕਿ ਟ੍ਰੈਵਲ ਆਥੋਰਾਈਜ਼ੇਸ਼ਨ, ਉਹਦੇ ਵਿੱਚ ਹਫ਼ਤਾ 10 ਦਿਨ ਲੱਗਦੇ ਹੈ ਕਈ ਕਈ। ਸੋ ਟ੍ਰੈਵਲ ਆਥੋਰਾਈਜ਼ੇਸ਼ਨ ਅਤੇ ਵੀਜ਼ਾ ਰਿਕੁਐਸਟ, ਪਾਸਪੋਰਟ ਰਿਕੁਐਸਟ ਦੋਨੋਂ ਹੀ ਇਸ਼ੂ ਹੋ ਚੁੱਕੇ ਹੈ, ਉਹ ਸੁਖਮਨ ਕੋਲ ਹੈ, ਮੇਰੇ ਕੋਲ ਨਹੀਂ ਹੈ ਇਸ ਵਕਤ। ਉਹ ਤੁਹਾਨੂੰ ਦੇ ਦੇਣਗੇ ਮੇਰੇ ਖਿਆਲ ਵਿਦਿਨ, ਮੇਰੇ ਅੱਜ ਜਾਂ ਕੱਲ੍ਹ ਤੁਹਾਨੂੰ ਮਿਲ ਜਾਏਗਾ। ਸੋ ਤੁਸੀਂ ਆਪਣਾ ਪਾਸਪੋਰਟ, ਆਪਣਾ ਰਿਕੁਐਸਟ ਬਣਾਓ, ਆਪਣਾ VFS, ਆਪਣਾ ਪਾਸਪੋਰਟ ਸਕੈਨ ਕਰੋ, ਅਤੇ ਵਿਦਿਨ 7-10 ਡੇਜ਼ ਤੁਸੀਂ ਆਪਣਾ ਬੋਰੇ ਬਿਸਤਰਾ ਗੋਲ ਕਰੋ। ਠੀਕ ਹੈ, ਠੀਕ ਹੈ, ਥੈਂਕ ਯੂ ਜੀ। ਮਤਲਬ ਵੀ ਹੁਣ ਕੋਈ ਪ੍ਰੋਬਲਮ ਨਹੀਂ ਆ ਸਕਦੀ ਜੀ ਇੱਥੇ, ਮਤਲਬ ਵੀ ਉਹ ਕੋਈ ਚੱਕਰ ਨਹੀਂ ਹੈ। ਪੂਰੀ ਸ਼ਤਾਬਦੀ ਤੁਸੀਂ ਲਾ ਕੇ ਦਿੱਲੀ ਪਹੁੰਚੋ ਬਸ। ਰੇਲਵੇ ਦੀ ਗ੍ਰੀਨ ਸਿਗਨਲ ਹੈ ਬਸ ਹੁਣ। ਮੈਂ ਵੀ ਹੁਣ ਕੰਮ ਤੇ ਸੀਗਾ ਜੀ,
ਮੈਂ ਵੇਟ ਹੀ ਕਰੀ ਜਾਂਦਾ ਜੀ ਮੈਂ ਕਦੋਂ ਫੋਨ ਆਵੇ ਕਦੋਂ ਮੈਂ ਬੈਠੇ ਸੀਗੇ ਕੰਮ ਤੇ ਬੈਠੇ ਸੀ ਰਾਤ ਨੂੰ ਨਾਈਟ ਸ਼ਿਫਟ ਹੁੰਦੀ ਹੈ ਮੇਰੀ ਇੱਥੇ ਸਿਕਿਉਰਿਟੀ ਦੀ ਹਾਂਜੀ ਜੀ ਜੀ ਮੈਨੂੰ ਮੈਨੂੰ ਪਤਾ ਹੈ ਕਿ ਬਈ ਕੈਨੇਡਾ ਵਾਲੇ ਕਿੰਨੀ ਔਖੀ ਜੌਬ ਕਰਦੇ ਆ ਕਿਸ ਤਰ੍ਹਾਂ ਤਨਖਾਹ ਕਮਾਈ ਜਾਂਦੀ ਹੈ ਕਈ ਵਾਰ ਮੈਨੂੰ ਇੱਥੇ ਲੋਕ ਮੈਂ ਇੰਡੀਆ ਘੁੰਮ ਰਿਹਾ ਚ ਲੋਕਾਂ ਨੂੰ ਮਿਲਦਾ ਮੈਂ ਕਈ ਵਾਰ ਲੋਕੀ ਮੈਨੂੰ ਪੁੱਛਦੇ ਆ ਕਿ ਭਾਜੀ ਮੈਨੂੰ ਮੈਨੂੰ ਮਤਲਬ ਕੈਨੇਡਾ ਜਾ ਕੇ ਕਿੰਨੀ ਕਮਾਈ ਹੋਏਗੀ ਮੈਂ ਮਕੈਨਿਕ ਕੀ ਕਰ ਰਿਹਾ ਫਲਾਣਾ ਕਰ ਰਿਹਾ ਮੈਂ ਕਿਹਾ ਵੀ ਕਮਾਈ ਦਾ ਪਤਾ ਨਹੀਂ ਜਿਹੜੇ ਬਾਹਰ ਉੱਥੇ ਬੈਠੇ ਉਹਨਾਂ ਨੂੰ ਪੁੱਛ ਲੈਣਾ ਔਖਾ ਕੰਮ ਹੈ ਸਟਰਗਲ ਕਰਨਾ ਹੁੰਦਾ ਰਾਤ ਰਾਤ ਦੀ ਜੌਬ ਕਰਕੇ ਫਿਰ ਪਤਾ ਲੱਗਦਾ ਹੈ ਮਤਲਬ ਇਹ ਇਟਸ ਨਾਟ ਦੈਟ ਈਜ਼ੀ ਪਰ ਤੁਹਾਡੇ ਤੁਹਾਡੀ ਜੌਬ ਦੇਖ ਕੇ ਲੋਕਾਂ ਨੂੰ ਪਤਾ ਲੱਗ ਜਾਏਗਾ ਕਿ ਵੀ ਰਾਤ ਰਾਤ ਜੌਬ ਕਰਦੇ ਹਾਂ ਤਾਂ ਜਾ ਕੇ ਵਾਈਫ ਨੂੰ ਸਪੋਂਸਰ ਕਰਕੇ ਮੰਗਾ ਕੇ ਫਿਰ ਆਪਣੀ ਫੈਮਿਲੀ ਸੈੱਟ ਹੁੰਦੀ ਹੈ ਇਟਸ ਨਾਟ ਈਜ਼ੀ ਕੈਨੇਡਾ ਜਾਣਾ ਕੋਈ ਕੈਨੇਡਾ ਵਿੱਚ ਸੈੱਟ ਹੋਣਾ ਇੰਨਾ ਆਸਾਨ ਨਹੀਂ ਹੈ ਬਾਕੀ ਚਲੋ ਐਨੀਵੇ ਅੱਜ ਅੱਜ ਦਿਨ ਅੱਜ ਦਾ ਦਿਨ 27 ਤਰੀਕ ਹੈ ਤੁਹਾਡੇ ਦੋਨਾਂ ਦੇ ਨਾਮ ਹੈ ਅਤੇ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਕੱਲ੍ਹ ਹੋਲੀ ਦਾ ਦਿਹਾੜਾ ਹੈ ਕੱਲ੍ਹ ਤੁਸੀਂ ਮਿਠਾਈ ਗੁਜੀਆ ਉਜੀਆ ਖਾਓ ਜੋ ਇੰਜੋਏ ਕਰੋ ਅਤੇ 15 ਮਾਰਚ ਦੀ ਸਾਡੀ ਮਤਲਬ 15 ਮਾਰਚ ਦੀ ਮੈਰਿਜ ਐਨਵਰਸਰੀ ਸੀਗੀ ਮੈਂ ਉਹਨਾਂ ਆਖਿਆ ਮੈਂ ਕੀ ਪਤਾ ਵੈਸੇ ਆਪਾਂ ਨੂੰ ਗਿਫਟ ਹੀ ਦੇ ਦੇ ਮੈਰਿਜ ਐਨਵਰਸਰੀ ਤੇ ਉਹ ਥੋੜਾ ਜਿਹਾ ਲੇਟ ਕਰਤਾ ਚਲੋ ਕੋਈ ਚੱਕਰ ਨਹੀਂ ਚਲੋ ਹੋਲੀ ਵਾਸਤੇ ਤਾਂ ਹੁਣ ਵਧੀਆ ਰਹੂਗੀ ਸਰ ਮੈਨੂੰ ਤਾਂ ਹਰ ਮੇਰਾ ਤਾਂ ਜੋ ਵੀ ਨਵਾਂ ਸਾਲ ਸਾਰਾ ਬਸ ਰੋ ਕੇ ਤੇ ਸੈਡ ਹੀ ਜਾਂਦਾ ਸੀਗਾ ਸਾਲ ਹੋ ਗਿਆ ਹੁਣ ਬਸ ਠੀਕ ਹੈ ਮੇਰਾ ਐਕਚੁਅਲੀ ਮੇਰੀ ਐਕਚੁਅਲੀ ਦਿਲੋਂ ਤਮੰਨਾ ਸੀ ਕਿ ਬਈ ਜਿਨ੍ਹਾਂ ਦਾ ਵੀਜ਼ਾ ਲੱਗਦਾ ਨਾ ਤਾਂ ਹਰਸ਼ਪਿੰਦਰ ਦਾ ਵੀਜ਼ਾ ਲੱਗਾ ਮੇਰੀ ਦਿਲੋਂ ਤਮੰਨਾ ਸੀ ਕਿ ਮੈਂ ਦਿੱਲੀ ਤੋਂ ਟ੍ਰੇਨ ਲੈ ਕੇ ਉਹਨਾਂ ਦੇ ਘਰ ਜਾ ਕੇ ਪਿੰਡ ਜਾ ਕੇ ਬੂਹਾ ਖੜਕਾ ਕੇ ਕਰੀ ਤੁਹਾਡਾ ਕੋਈ ਕਾਗਜ਼ ਆਇਆ ਪਰ ਅੱਜ ਕੱਲ ਉਹ ਕੋਵਿਡ ਕਰਕੇ ਹੋ ਨਹੀਂ ਰਿਹਾ ਮੇਰੇ ਖਿਆਲ ਪੰਜਾਬ ਕਾਫੀ ਦਿੱਲੀ ਵਾਲਾ ਕਾਫੀ ਇਹ ਡਿਕਲੇਅਰ ਕਰ ਰਹੇ ਕਿ ਕੋਵਿਡ ਆ ਗਿਆ ਤਿਆਰ ਕਰੋ ਪਰ ਮੇਰਾ ਉਹ ਸਪਨਾ ਹੀ ਰਹਿ ਗਿਆ ਐਕਚੁਅਲੀ ਪਰ ਮੈਂ ਮੈਂ ਦੇਖਦਾ ਕਿ ਕਲਾਇੰਟ ਆ ਹਾਂਜੀ ਆ ਗਿਆ ਕਿੰਨਾ ਟਾਈਮ ਹੋਰ ਸਰ ਇੱਥੇ ਇੰਡੀਆ ਮੈਂ ਤੇ ਇੱਥੇ ਰੁਕਾਂਗਾ ਪੂਰਾ ਮਤਲਬ 2-3 ਹਫਤੇ ਦੋ ਮੈਂ ਆਈ ਐਮ ਜਸਟ ਲੁਕਿੰਗ ਐਟ ਦੋ ਹਫਤੇ 3 ਹਫਤੇ ਤੇ ਮੈਂ ਇੱਥੇ ਰੁਕਾਂਗਾ ਜ਼ਰੂਰ ਤੇ ਮੈਂ ਆਖਿਆ ਸੀਗਾ ਜੀ ਮੈਂ ਕਿਹਾ ਸਰ ਵੀ ਇੰਡੀਆ ਮੈਂ ਇੱਧਰ ਵੀਜ਼ਾ ਆ ਜੀ ਮੈਂ ਇਕੱਠੀ ਫਲਾਈਟ ਹੀ ਕਰਾ ਲਿਓ ਮੈਂ ਨਾਲੇ ਵਧੀਆ ਸਰ ਨਾਲ ਹੀ ਆ ਜਾਓ ਇਕੱਠੇ ਪੂਰੀ ਧੁੱਪ ਦਾ ਮਜ਼ਾ ਲੈ ਰਿਹਾ ਪੂਰਾ ਸੇਕ ਰਿਹਾ ਪੂਰਾ ਤੇ ਦੂਸਰਾ ਇੱਥੇ ਤੇ ਮੈਂ ਜਿਹੜੇ ਫਲ ਫਰੂਟ ਹੈ ਜਿਸ ਤਰ੍ਹਾਂ ਦੁਸ਼ਹਿਰੀ ਅੰਬ ਦੀ ਉਡੀਕ ਕਰ ਰਿਹਾ ਕਦੋਂ ਦੁਸ਼ਹਿਰੀ ਅੰਬ ਖਾ ਕੇ ਵੀ ਤੇ ਸਵਾਦ ਲੈ ਕੇ ਫਿਰ ਜਾਵਾਂਗੇ ਕਿੰਨੀ ਤਨਖਾਹ ਹੈ ਕਈ ਵਾਰ ਪੰਜਾਬ ਦੇ ਲੋਕ ਮੈਨੂੰ ਜਦ ਕਾਲ ਕਰਦੇ ਆ ਤੇ ਉਹ ਫੰਡ ਦੇ ਬਾਰੇ ਸੋਚਦੇ ਹੀ ਨਹੀਂ ਹੈ ਕਿ ਉਹ ਕਹਿੰਦੇ ਕੀ ਕਰਨਾ ਦਿਖਾ ਕੇ ਕਈ ਵਾਰ ਲੋਕ ਮੈਨੂੰ ਇਹ ਪੁੱਛਦੇ ਕਿ ਭਾਜੀ ਤੁਸੀਂ ਦੱਸੋ ਅਸੀਂ ਕਿਹੜੀ ਨੌਕਰੀ ਸ਼ੋਅ ਕਰਦੀ ਮਤਲਬ ਨੌਕਰੀ ਹੈ ਨਹੀਂ ਉਹਨਾਂ ਕੋਲ ਕਹਿੰਦੇ ਨੌਕਰੀ ਬਣਾ ਦਿੰਦੇ ਕਾਗਜ਼ ਮੈਂ ਕਿਹਾ ਵੀ ਨੌਕਰੀ ਕੰਮ ਨਹੀਂ ਕਰਦਾ ਮੈਂ ਸੋ ਪਰ ਇਹਨਾਂ ਦਾ ਤਾਂ ETT ਕੀਤੀ ਸੀ ਮੈਂ ਵੀ ETT ਕੀਤੀ ਸੀਗੀ ਜੀ ਹੁਣ ਮੇਰਾ ਕੋਰਸ ਵੀ ਇੱਥੇ ਉਹੀ ਆ ਅਰਲੀ ਚਾਈਲਡਹੁੱਡ ਐਜੂਕੇਸ਼ਨ ਇਹਨਾਂ ਨੇ ਫਿਰ ETT ਦੀ ETT ਮਤਲਬ ਕੋਰਸ ਸੀਗਾ ਉਸੇ ਅਕੋਰਡਿੰਗ ਇਹਨੂੰ ਟੀਚਿੰਗ ਦੀ ਜੋਬ ਮਿਲ ਗਈ ਜੀ ਪ੍ਰਾਇਮਰੀ ਟੀਚਰ ਦੀ ਇੱਥੇ ਮਤਲਬ ਕੋਰਸ ਦੇ ਅਕੋਰਡਿੰਗ ਦੂਸਰਾ ਤੁਹਾਡੇ ਜਿਹੜੇ ਮੇਰੇ ਖਿਆਲ ਹੈ ਕਿ ਬੈਂਕ ਅਕਾਊਂਟ ਵਿੱਚ ਨਾਮ ਵਾਲਾ ਪ੍ਰੋਪਰਲੀ ਸ਼ੋਅ ਕਰ ਰਹੇ ਸੀ ਸ਼ਾਇਦ ਉਸ ਟਾਈਮ ਤੇ ਹਾਂਜੀ ਆਹੀ ਪ੍ਰੋਬਲਮ ਸੀਗੀ ਹਾਂਜੀ ਅਕਾਊਂਟਸ ਦੀ ਤੇ ਐਮਪਲੋਇਮੈਂਟ ਲੈਟਰ ਦੀ ਇਹੀ ਪ੍ਰੋਬਲਮ ਸੀਗੀ ਜੀ 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 ਚਲੋ ਥੈਂਕ ਯੂ ਵੈਰੀ ਮੱਚ ਫੋਰ ਬੀਇੰਗ ਅਵੇਲੇਬਲ ਮੈਨੂੰ ਪਤਾ ਕਿ ਤੁਸੀਂ ਔਖੀ ਜੌਬ ਕਰ ਰਹੇ ਹੋ ਸਾਰੀ ਸਾਰੀ ਰਾਤ ਦੀ ਪਰ ਹਰਸ਼ਪਿੰਦਰ ਦਾ ਦਿਨ ਅੱਜ ਵਧੀਆ ਬਤੀਤ ਕਰੇਗੀ ਅੱਜ ਵਧੀਆ ਜਾਏਗਾ ਕੰਮ ਸੋ ਆਪਣਾ ਇੰਜੋਏ ਕਰੋ ਅੱਜ ਸਾਡੇ ਗੈਸਟ ਨੇ ਆਣਾ ਸੀਗਾ ਉਹ ਪੂਰਾ ਸਾਲ ਹੋ ਗਿਆ ਵੇਟ ਕਰਦੇ ਥੋੜਾ ਦੂਰ ਤੋਂ ਆਣਾ ਜੇ ਤੇਰਾ ਵੀਜ਼ਾ ਆ ਜੇ ਤਾਂ ਫਿਰ ਸੌਖਾ ਹੋ ਜੀ ਅਸੀਂ ਫੇਰ ਹੀ ਆ ਜਾਾਂਗੇ ਅੱਜ ਉਹ ਵੀ ਆ ਰਹੇ ਹੈਗੇ ਤੇ ਅੱਜ ਮੇਰਾ ਵੀਜ਼ਾ ਵੀ ਆ ਗਿਆ ਉਹ ਰਸਤੇ 'ਚ ਹੀ ਹੋਣਗੇ ਸਰ ਅੱਜ ਦਾ ਕਾਫੀ 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 ਵਧੀਆ ਤੁਹਾਡੇ ਲੱਕੀ ਦਿਨ ਰਿਹਾ ਅੱਜ ਦਾ
ਤੇ ਮੈਂ ਇੱਕ ਠਹਿਰ ਕੇ ਨਾ ਇੱਕ ਮੈਂ ਠਹਿਰ ਕੇ ਕੱਲ ਪਰਸੋਂ ਇੱਕ ਇੱਕ ਕੋਈ ਅਫਵਾਹ ਦੀ ਚੱਲਦੀ ਸੀ ਇਸ ਤਰ੍ਹਾਂ ਦੀ, ਮੇਰੇ ਖਿਆਲ ਤੁਸੀਂ ਆਪਣੇ ਵਟਸਐਪ ਗਰੁੱਪ ਤੇ ਦੇਖਿਆ ਹੋਣਾ ਕਿ ਲੋਕਾਂ ਨੇ ਇਸ ਤਰ੍ਹਾਂ ਕਿਹਾ ਹੈ ਕਿ ਵੀ ਟਰੈਵਲ ਆਥੋਰਾਈਜੇਸ਼ਨ ਅਪਲਾਈ ਕਰੋ ਉਹਦੇ ਨਾਲ ਵੀਜ਼ਾ ਦਿੰਦੇ, ਸੁਣਿਆ ਉਹਦੇ ਬਾਰੇ? ਕਈ ਲੋਕ ਮੈਨੂੰ ਫੋਨ ਵੀ ਕਰ ਚੁੱਕੇ ਇਹਦੇ ਬਾਰੇ। ਮੈਂ ਦੋ ਤਿੰਨ ਦਿਨ ਠਹਿਰ ਕੇ ਨਾ ਇੱਕ ਵੀਡੀਓ ਮੈਂ ਜਾਰੀ ਕਰਾਂਗਾ ਇੱਕ ਬਣਾ ਕੇ ਵੀ, ਇਹਦਾ ਪਰਪਸ ਕੀ ਹੈ, ਟਰੈਵਲ ਆਥੋਰਾਈਜੇਸ਼ਨ ਦਾ ਇਹਦਾ ਕੋਈ ਲਿੰਕ ਹੈ ਕਿ ਨਹੀਂ ਹੈ, ਇਹਦਾ ਕੋਈ ਕਨੈਕਸ਼ਨ ਹੈ ਕਿ, ਇਹਦੇ ਬਾਰੇ ਮੈਂ ਦੋ ਦਿਨ ਤੱਕ ਵੀਡੀਓ ਬਣਾਊਂਗਾ। ਅਤੇ ਬਾਕੀ ਤੁਸੀਂ ਆਪਣੇ ਗਰੁੱਪ 'ਤੇ ਦੱਸ ਦੇਣਾ ਕਿ ਵੀ ਇਹ ਵੀਡੀਓ ਆ ਰਿਹਾ, ਸੋ ਆਈ ਐਮ ਸ਼ੋਰ ਕਈ ਲੋਕ ਪੁੱਛ ਰਹੇ ਸਵਾਲ, ਉਹਨਾਂ ਨੂੰ ਜਵਾਬ ਮਿਲ ਜਾਏਗਾ, ਲੀਗਲ ਪੁਆਇੰਟ ਆਫ ਵਿਊ ਜੋ ਜਵਾਬ ਹੈ ਉਹ ਮਿਲ ਜਾਏਗਾ ਇਹਦੇ ਬਾਰੇ। ਠੀਕ ਹੈ, ਥੈਂਕ ਯੂ ਹਰਮਨ ਕੰਟੀਨਿਊ ਫੋਰ ਦਾ ਜੋਬ, ਐਂਡ ਹਰਸ਼ਵਿੰਦਰ ਤੁਹਾਨੂੰ ਬਹੁਤ ਬਹੁਤ ਵਧਾਈਆਂ, ਅਤੇ ਤੁਹਾਨੂੰ ਉਹ ਕਾਗਜ਼ ਵਗੈਰਾ ਫਿਰ ਸੁਖਮਨ ਤੁਹਾਡੇ ਨਾਲ ਕੰਟੈਕਟ 'ਚ ਹੋਏਗਾ, ਫਿਰ ਹਰਮਨ ਤੁਹਾਨੂੰ ਵੀ। ਠੀਕ ਹੈ ਸਰ, ਠੀਕ ਹੈ, ਥੈਂਕ ਯੂ ਵੈਰੀ ਮਚ, ਥੈਂਕ ਯੂ ਸੋ ਮਚ, ਓਕੇ, ਠੀਕ ਹੈ, ਠੀਕ ਹੈ, ਸਤਿ ਸ਼੍ਰੀ ਅਕਾਲ।